ਇਹਦੇ ਲਾਗੇ ਹਰੀਕਾ ਬਰਡ ਸੈਂਚੁਰੀ ਹੈ, ਸਾਡੀ ਦੁਨੀਆ ਦੀ ਸਭ ਤੋਂ ਵੱਡੀ, ਜਿੱਥੇ ਤਕਰੀਬਨ ਇੱਕ ਸਾਲ ਦੇ ਵਿੱਚ 1.25 ਲੱਖ ਪੰਛੀ ਸਾਈਬੇਰੀਆ ਤੋਂ ਮਾਈਗ੍ਰੇਟ ਹੋ ਕੇ ਆਉਂਦਾ। ਜਿੱਡੀ ਵੱਡੀ ਲੇਕ ਹੈ, ਮੈਂ ਦੁਨੀਆ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਬਹੁਤ ਘੁੰਮਿਆ, ਮੈਨੂੰ ਇੱਡੀ ਵੱਡੀ ਲੇਕ ਕਿਤੇ ਨਹੀਂ ਮਿਲੀ। ਜਿੱਥੇ ਆਣ ਕੇ ਬਿਆਸ ਤੇ ਸਤਲੁਜ ਦਾ ਦਰਿਆ ਮਿਲਦਾ, ਉਹ ਸੰਗਮ ਵੇਖਣ ਵਾਲਾ। ਔਰ ਤੁਹਾਡੀ ਸਰਕਾਰ 9.5 ਕਰੋੜ ਰੁਪਇਆ ਉੱਥੇ ਲਾ ਦਿੱਤਾ, ਅਸੀਂ ਸੀਐਮ ਸਾਹਿਬ ਨੂੰ ਰਿਪੋਰਟ ਦਿੱਤੀ ਹੈ, ਔਰ 10-15 ਦਿਨਾਂ ਦੇ ਵਿੱਚ ਇੱਥੇ ਮੰਤਰੀ ਸਾਹਿਬ ਆਉਣਗੇ, ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ, ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ, ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ, ਤਾਂ ਕਿ ਇੱਥੇ ਆਣ ਕੇ ਰਹੇ, ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ।